ये सारा जिन्ना चर्बी चुरबी जिन्ना कोई गंद मंद जिन्ना माल निकलता उन्होंने हड्डिया हुड्डिया बिचो आंदरा उंदरा सारिया दरिया च ये दरिया वर्गा पानी पीते लोग सतलुज के हाल है जी। सतलुज के किनारे लाडोवाल टोल प्लाजे के कोले बहुत वड्डी जिहड़ी हड्डा रोड़ी है जिहड़ी बिलकुल दरिया दे विच है आदि देख रहे हो हड्डा रोड़ी है और नाल ही पानी वगदा ये सारा जिन्ना गंद मंदा जिन्ना सारा फिर ओह पानी चले जांदा दरिया चले जांदा वातावरण लई चिंतित बहुत सारे पतवंदियां ने वातावरण लोक मनोरथ पत्र सारिया राजनीतिक धिरां नूं पहुंचाउण तों बाद भी टेके बैठण की बजाय फिर प्रभावित थावां दा दौरा किया। लुधियाणा विखे बुढ़े नाले समेत वख-वख ट्रीटमेंट प्लांटां ते होर स्थानां ते पहुंच के ज्ञानी केवल सिंह साबका जथेदार तख्त दमदमा साहिब ने दस्सिया कि वातावरण संभालने लिए जेकर अज ना जागे तो कल देर हो चुकी होगी। भाई कन्हैया कैंसर रोको सेवा सोसायटी फरीदकोट के प्रधान गुरप्रीत सिंह चंदबाजा ने कहा वातावरण के निघार का खमियाजा हुण साढ़े छोटे बच्चे भी भुगत रहे हैं। पशुआ पंछियों नूं भी कैंसर वर्गिया भयानक बीमारियां अपनी लपेट में लैन लगियां हैं। पत्रकार हमीर सिंह ने कहा कि शुद्ध वातावरण की लोड़ जिनी आम नागरिक नूं है उन्नी ही लोड़ राजसी परिवारों नूं भी है। लखा सिधाणा अमितोज मान जसकीरत सिंह लुधियाणा ते कपिल अरोड़ा ने कहा कि वातावरण ते खेती विच वड्डे पद्धर ते रसायणां दी वरतों करके जहरा साढ़े भोजन ते पाणियां राही राजनीतिक धिरां नूं इस वल भी ध्यान देना चाहीदा। कोटकपुरा तो सीनियर पत्रकार गुरिंदर सिंह मेहंदी रत्ता की रिपोर्ट। रीप्रजेंटेशन होगी कि देखो ये पहुँच के पानी साढ़े बच्चों का साढ़े यंगस्टर का साढ़िया जमीन का हाल की करता है फिर उत्थे लेके चलांगे। जो विकलांग बच्चे पैदा हो रहे ने कोई बच्चा सेहतयाब है अच्छ सब तो सेहतयाब दे भी दंद खराब होंदे ने इन्हां गल्लां करके उह सोहरे जिहड़ी बुनियादी चीज़ है रहन लई पानी जां धरती उही खराब होई जांदी जे साडा उही मुद्दा नहीं तां लण दा साडे ते बाकी मुद्दे साडे सारे ने। ਤੁਹਾਡੇ ਹਿਸਾਬ ਨਾਲ ਫਿਰ ਸਰਕਾਰਾਂ ਇਸ ਤੇ ਕਿਉਂ ਨਹੀਂ ਧਿਆਨ ਦਿੰਦੀਆਂ? ਬਾਜਾ ਚੰਦ ਬਾਜਾ ਸਾਹਿਬ ਹੋਰ ਬੰਦੇ ਸਾਰ ਹਰ ਸਾਲ ਮੁੱਦਾ ਚੱਕਦੇ ਆ ਤੁਰਦੇ ਆ ਆਵਾਜ਼ ਲੋਕਾਂ ਕਰਕੇ। ਮੈਂ ਤੁਹਾਨੂੰ ਦੱਸਾਂ ਡੈਮੋਕ੍ਰੈਟਿਕ ਸਿਸਟਮ ਅਸੀਂ ਲੱਖ ਉਹਨਾਂ ਦੀਆਂ ਪੁੱਛਾਂ ਮਰੋੜੀ ਜਾਈਏ ਕੱਖ ਨਹੀਂ ਹੋਣਾ। ਜਦੋਂ ਲੋਕਾਂ ਨੇ ਇਸ਼ੂ ਬਣਾ ਲਿਆ ਨਾ ਲੋਕਾਂ ਨੇ ਇਹਨੂੰ ਵੇਖਣਾ ਔਰ ਰਿਐਕਟ ਕਰਨਾ ਸ਼ੁਰੂ ਕਰਤਾ। ਜਦੋਂ ਆਏ ਹੋਏ ਰਿਪ੍ਰੈਜੈਂਟੇਟਿਵ ਨੂੰ ਇਹ ਪੁੱਛਣ ਲੱਗ ਗਏ ਕਿ ਦੱਸ ਭਾਈ ਇੱਧਰ ਉੱਧਰ ਦੀ ਗੱਲ ਨਾ ਕਰ ਕਾਫਲਾ ਕੋ ਲੁੱਟਾ ਇੱਧਰ ਉੱਧਰ ਦੀ ਗੱਲ ਨਾ ਕਰ ਆਹ ਦੱਸ ਕਿਉਂ ਹੋ ਰਿਹਾ ਇਹਦਾ ਕੰਟਰੋਲ ਕੀ ਹੈ ਸਰਕਾਰ ਕੀ ਕਰ ਰਹੀ ਹੈ ਉਦੋਂ ਫਿਰ ਇਹ ਗੱਲ ਬਣੂਗੀ। ਕਿਉਂਕਿ ਜਿੰਨਾ ਚਿਰ ਲੋਕ ਅਵੇਅਰ ਨਹੀਂ ਹੁੰਦੇ ਲੋਕ ਆਪਦਾ ਖਿਆਲ ਆਪ ਨਹੀਂ ਰੱਖਦੇ ਉਹਨਾਂ ਚਿਰ ਕਿਸੇ ਗੌਰਮੈਂਟ ਨੇ ਤੁਹਾਡਾ ਖਿਆਲ ਨਹੀਂ ਰੱਖਣਾ। ਪਹਿਲਾਂ ਅਸੀਂ ਆਪਦਾ ਖਿਆਲ ਆਪ ਤਾਂ ਰੱਖ ਲਈਏ ਅਸੀਂ ਨਹੀਂ ਰੱਖ ਰਹੇ। ਜੇ ਅਸੀਂ ਗੰਦੀ ਜਗ੍ਹਾ ਰਹਿ ਰਹੇ ਹਾਂ ਉਸ ਪਾਣੀ ਨੂੰ ਪੀ ਰਹੇ ਹਾਂ ਜਾਂ ਉਸ ਸਮੈਲ ਨੂੰ ਝੇਲ ਰਹੇ ਹਾਂ ਤਾਂ ਬੋਲੋ ਯਾਰ ਆ ਖੜਾ ਨਹੀਂ ਆ ਰਿਹਾ ਆਪਣੇ ਕੋਲੋਂ। ਇਹ ਸਿਰਫ ਇੰਨਾ ਹੈ ਕਿ ਉੱਥੇ ਦੂਰ ਜਾ ਕੇ ਆਪਾਂ ਨੂੰ ਸਮੈਲ ਨਹੀਂ ਆਊਗੀ ਇਹਦੇ ਵਿੱਚ ਜੋ ਕੁਛ ਭਰਿਆ ਕੈਮੀਕਲ ਉਹ ਤਾਂ ਪੀਵਾਂਗੇ ਹੀ ਕਿੰਨੇ ਮਰਜ਼ੀ ਆਪਾਂ ਐਰੋ ਗੈਰੋ ਸ਼ੈਰੋ ਲਾ ਲਈਏ ਆਹੀ ਪੀਵਾਂਗੇ ਇਹਦੇ ਨਾਲ ਹੀ ਮਾਰਾਂਗੇ ਪੀ ਕੇ ਆਹ ਕੈਂਸਰ ਨਾਲ ਹਸਪੀਟਲ ਭਰੇ ਪਏ ਨੇ ਦਿਸ ਇਜ਼ ਦ ਰੀਜ਼ਨ। ਗੁਰਪ੍ਰੀਤ ਸਿੰਘ ਚੰਦਵਾਜਾ ਮੁੱਖ ਸੇਵਾਦਾਰ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਕਰਮਿੰਦਰ ਨਰੋਆ ਪੰਜਾਬ ਮੰਚ। ਅਸੀਂ ਲੰਮੇ ਸਮੇਂ ਤੋਂ ਵੱਖ ਵੱਖ ਸੰਸਥਾਵਾਂ ਪੰਜਾਬ ਦੀਆਂ ਇਕੱਠੀਆਂ ਹੋ ਕੇ ਬੁੱਢੇ ਨਾਲੇ ਵਿੱਚ ਜਿਹੜਾ ਇੰਡਸਟਰੀ ਵੱਲੋਂ ਜ਼ਹਿਰ ਸਿੱਟਿਆ ਜਾ ਰਿਹਾ ਉਹਦੇ ਵਿਰੁੱਧ ਲਾਮਬੰਦੀ ਕਰਦੇ ਜਿੱਥੇ ਅਸੀਂ ਪੰਜਾਬ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ ਉੱਥੇ ਅਸੀਂ ਕੇਂਦਰ ਸਰਕਾਰ ਨਾਲ ਵੀ ਸਮੇਂ-ਸਮੇਂ ਤੇ ਗੱਲਬਾਤ ਕਰਦੇ ਆ ਰਹੇ ਹਾਂ। ਹੁਣ ਸਰਕਾਰ ਨਵੀਂ ਪੰਜਾਬ ਦੇ ਵਿੱਚ ਬਣੀ ਆ ਅਸੀਂ ਉਹਨਾਂ ਨੂੰ ਬੇਨਤੀ ਕਰਨ ਵਾਸਤੇ ਅੱਜ ਆਏ ਹਾਂ ਵੀ ਜਿਹੜਾ ਆਹ ਪਾਣੀ ਆ ਇਹ ਸਾਡਾ ਮਾਲਵੇ ਦੇ ਲੋਕ ਰਾਜਸਥਾਨ ਦੇ ਲੋਕ ਇਹਨੂੰ ਪੀਂਦੇ ਆ ਜਿਹਦੇ ਕੋਲ ਖੜਨਾ ਵੀ ਬਹੁਤ ਮੁਸ਼ਕਲ ਆ ਤਾਂ ਪੀਣਾ ਤੁਸੀਂ ਇੱਦੂ ਦੇਖ ਲਓ ਕੀ ਆ। ਕਿੱਥੇ ਖੜੇ ਹੋ ਇਸ ਵੇਲੇ? ਇਸ ਵੇਲੇ ਅਸੀਂ ਲੁਧਿਆਣੇ ਦੇ ਜਮਾਲਪੁਰ ਜਿਹੜਾ ਐਸਟੀਪੀ ਆ ਉਹਦੇ ਤੇ ਖੜੇ ਆ ਤੇ ਤੁਸੀਂ ਦੇਖੋ ਕਿੰਨੀ ਬਦਬੂ ਆ ਰਹੀ ਆ। ਇਹਨੂੰ ਕਹਿੰਦੇ ਨੇ ਬੁੱਢਾ ਨਾਲਾ। ਹਾਂ ਆਹ ਬੁੱਢਾ ਨਾਲਾ ਹੁਣ ਪਿੱਛੋਂ ਵੀ ਪਾਣੀ ਛੱਡਿਆ ਵੱਧ ਛੱਡਿਆ ਹੋਣ ਕਰਕੇ ਵੀ ਦੇਖ ਲਓ ਕਿਸ ਤਰ੍ਹਾਂ ਦਾ ਪਾਣੀ ਅੱਗੇ ਦਰਿਆ 'ਚ ਜਾ ਕੇ ਜਿਹੜਾ ਕੈਮੀਕਲ ਉਹ ਕਿਸੇ ਵੀ ਪ੍ਰਕਾਰ ਨਾਲ ਨਹੀਂ ਨਿਕਲ ਸਕਦਾ। ਇਹ ਆਪਣੇ ਮਾਲਵੇ ਦੇ ਲੋਕ ਪੀਂਦੇ ਆ ਰਾਜਸਥਾਨ ਦੇ ਲੋਕ ਪੀਂਦੇ ਆ ਜਿੱਥੇ ਮਨੁੱਖਾਂ ਨੂੰ ਕੈਂਸਰ ਹੋਰ ਨਾਮਰਾਦ ਬਿਮਾਰੀਆਂ ਨੇ ਜਕੜ ਵਿੱਚ ਲਿਆ ਸਾਡੇ ਪੌਣ ਪਾਣੀ ਖਰਾਬ ਹੋਣ ਕਰਕੇ ਉੱਥੇ ਹੀ ਸਾਡੇ ਪਸ਼ੂਆਂ ਨੂੰ ਉੱਥੇ ਹੀ ਜਿਹੜੇ ਜੀਵ ਜੰਤੂ ਪਾਣੀ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਵਿੱਚ ਵੀ ਭਾਰੀਆਂ ਧਾਂਤਾਂ ਆ ਗਈਆਂ ਅਤੇ ਤੁਸੀਂ ਦੱਸੋ ਵੀ ਜੀਵ ਜੰਤੂ ਨਹੀਂ ਅਸੀਂ ਬਖਸ਼ਿਆ ਅਸੀਂ ਜਾਨਵਰਾਂ ਨੂੰ ਨਹੀਂ ਪਸ਼ੂਆਂ ਨੂੰ ਨਹੀਂ ਬਖਸ਼ਿਆ ਮਨੁੱਖ ਨਹੀਂ ਬਖਸ਼ੇ ਅਤੇ ਸਾਡੇ ਪੰਜਾਬ ਦੇ ਜਿਹੜੇ ਹਾਲਾਤ ਬਹੁਤ ਭਿਆਨਕ ਨੇ
ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਪਹਿਲ ਦੇ ਆਧਾਰ 'ਤੇ ਜਿਹੜਾ ਬੁੱਢੇ ਨਾਲੇ ਦੇ ਵਿੱਚ ਗੰਦ ਸਿੱਟਿਆ ਜਾ ਰਿਹਾ ਇਹਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਸਾਡੇ ਕੋਲ ਪੰਜਾਬ ਦੇ ਵਿੱਚ ਜੰਗਲ ਵੀ ਖਤਮ ਹੋਣ ਕਿਨਾਰੇ ਆ, ਪੌਣੇ 4% ਆ, 33% ਚਾਹੀਦਾ। ਗੁਰਪ੍ਰੀਤ ਜੀ, ਇਹ ਬੇਨਤੀਆਂ ਕਰਦਿਆਂ ਨੂੰ ਤੁਹਾਨੂੰ 15 ਸਾਲ ਹੋ ਗਏ ਜੀ, ਸੁਣਵਾਈ ਕਿਉਂ ਨਹੀਂ ਹੋ ਰਹੀ? ਸੁਣਵਾਈ ਜਦੋਂ ਰਾਜਨੀਤਿਕ ਲੋਕਾਂ ਦੀ ਇੱਛਾ ਸ਼ਕਤੀ ਨਹੀਂ ਹਜੇ ਹੈਗੀ ਸੀ, ਨਾ ਲੋਕਾਂ ਦੀ ਮੰਗ ਹੀ ਸੀਗੀ ਵੀ ਇਹਨਾਂ ਮੁੱਦਿਆਂ 'ਤੇ ਵੀ ਸਰਕਾਰ ਨਾਲ ਗੱਲ ਹੋਵੇ। ਸਾਡੀ ਮੰਗ ਸੀ, ਮਤਲਬ ਸਰਪੰਚੀ ਮੈਂਬਰੀ ਚੇਅਰਮੈਨੀ ਦੀਆਂ ਮੰਗਾਂ ਸੀ, ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਦੇ ਤੰਦਰੁਸਤ ਭਵਿੱਖ ਦੀ ਅਸੀਂ ਮੰਗ ਹੀ ਨਹੀਂ ਕੀਤੀ ਗੀ, ਅਤੇ ਉਹ ਸਮਾਂ ਬਹੁਤ ਭਿਆਨਕ ਆ ਗਿਆ। ਅੱਜ ਆਪਾਂ ਦੇਖਦੇ ਹਾਂ ਹਸਪਤਾਲਾਂ ਦੇ ਹਸਪਤਾਲ ਧੜਾ ਧੜ ਬਿਮਾਰੀਆਂ ਨਾਲ ਭਰ ਰਹੇ ਆ, ਕਿਤੇ ਵਾਰੀ ਨਹੀਂ ਆ ਰਹੀ। ਜੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਤੰਦਰੁਸਤ ਵੇਖਣਾ ਚਾਹੁੰਦੇ ਹਾਂ ਅਤੇ ਉਹ ਸਾਨੂੰ ਇਹਨਾਂ ਪਾਣੀਆਂ ਵਿੱਚ ਜਿਹੜੀ ਜ਼ਹਿਰ ਸਿੱਟੀ ਜਾ ਰਹੀ ਰੋਕਣਾ ਪਊਗਾ। ਧਰਤੀ ਹੇਠਲਾ ਪਾਣੀ ਵੀ ਸਾਡਾ ਸਿਰਫ 17 ਸਾਲ ਦੇ ਲਗਭਗ ਦਾ ਰਹਿ ਗਿਆ, ਜਿਹੜੀਆਂ ਪਿਛਲੀਆਂ ਸਟੱਡੀ ਹੋਈਆਂ। ਗਰਾਊਂਡ ਵਾਟਰ ਖਤਮ ਹੋਣ ਕਿਨਾਰੇ ਜਿਹੜਾ ਕੁਦਰਤ ਨੇ ਸਾਨੂੰ ਦਾਤਾਂ ਦਿੱਤੀਆਂ ਸੀ, ਦਰਿਆ ਸੀ ਸਾਡੇ ਕੋਲ, ਉਹਨਾਂ ਨੂੰ ਅਸੀਂ ਜ਼ਹਿਰੀਲਾ ਕਰਤਾ। ਇਹ ਸਾਡਾ ਪਾਣੀ ਪੀਣ ਯੋਗ, ਨਹਾਉਣ ਯੋਗ ਵੀ ਨਹੀਂ ਰਿਹਾ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਪਊਗੀ, ਨਾਲ ਨਾਲ ਅਸੀਂ ਲੋਕਾਂ ਨੂੰ ਲਾਮਬੰਦ ਕਰਕੇ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਕਰੀਏ ਅਤੇ ਲੋਕ ਲਹਿਰ ਬਣਾ ਕੇ ਸਰਕਾਰ 'ਤੇ ਦਬਾਅ ਬਣਾਈਏ। ਧੰਨਵਾਦ। ਕੌਂਸਲ ਆਫ ਇੰਜੀਨੀਅਰਸ ਦਾ ਪ੍ਰੈਜ਼ੀਡੈਂਟ, ਅੱਜ ਅਸੀਂ ਜਮਾਲਪੁਰ ਦੇ ਜਿਹੜਾ ਆਪਣਾ STP ਪੁਰਾਣਾ ਸੀਗਾ, ਜੇਲ੍ਹ ਦੇ ਸੈਂਟਰਲ ਜੇਲ੍ਹ ਲੁਧਿਆਣਾ ਦੇ ਸਾਹਮਣੇ ਜਿਹੜਾ ਹੈਗਾ ਪੁੱਲ ਦੇ ਕੋਲ ਖੜ੍ਹੇ ਹਾਂ, ਜਿੱਥੋਂ ਸਾਰੀ ਡਾਈਇੰਗ ਇੰਡਸਟਰੀ ਦਾ ਪਾਣੀ ਹੈ। ਤੁਸੀਂ ਦੇਖ ਸਕਦੇ ਹੋ ਕਿ ਸਾਰਾ ਇਕੱਠਾ ਹੋ ਕੇ ਇਹ ਬੁੱਢੇ ਨਾਲੇ 'ਚ ਗਿਰਦਾ ਜੀ। ਇਸ ਤੋਂ ਪਿੱਛੇ ਡੈਰੀਆਂ ਹੈਗੀਆਂ, ਤਾਜਪੁਰ ਦੀ ਡੈਰੀ ਡੈਰੀ ਕੰਪਲੈਕਸ ਹੈ, ਉਹ ਵੀ ਇਹਦੇ 'ਚ ਹੀ ਮਿਕਸ ਹੋ ਰਿਹਾ। ਅਤੇ ਜਿਹੜੇ ਮੇਨ ਅਸੀਂ ਅੱਜ ਇਸ਼ੂ ਲਈ ਇੱਥੇ ਇਕੱਠੇ ਹੋਏ ਹਾਂ ਕਿ ਦੇਖੋ ਅੱਜ ਨਵੀਂ ਸਰਕਾਰ ਬਣੀ ਹੈ, ਪੁਰਾਣੀਆਂ ਸਰਕਾਰਾਂ ਲਈ ਬੁੱਢਾ ਨਾਲਾ ਇੱਕ ਸੋਨੇ ਦੇ ਅੰਡਾ ਦੇਣ ਵਾਲੀ ਮੁਰਗੀ ਰਿਹਾ। ਹਰ ਸਾਲ ਉਹ ਕਰੋੜਾਂ ਰੁਪਈਆ ਇਹਦੇ 'ਤੇ ਖਰਚ ਕਰਦੇ ਰਹੇ, ਲੇਕਿਨ ਜ਼ਮੀਨੀ ਤੌਰ 'ਤੇ ਇਹਦੇ 'ਤੇ ਜਿਹੜੇ ਜੜ੍ਹਾਂ ਜਿਹੜੀਆਂ ਹੈਗੀਆਂ ਜਿਹੜੀ ਹੈ ਕਿ ਪੋਲਿਊਸ਼ਨ ਕਰ ਰਹੀਆਂ ਨੇ, ਉਹਦੇ ਬਾਰੇ ਇਹਨਾਂ ਨੇ ਕਦੇ ਵੀ ਉਹਦੇ 'ਤੇ ਕਾਰਵਾਈ ਨਹੀਂ ਕੀਤੀ। ਹੁਣ ਵੀ ਇਹਨਾਂ ਨੇ ਪਿੱਛੇ ਜਿਹੜਾ ਸੀਗਾ 200 ਕਿਊਸੈਕ ਪਾਣੀ ਜਿਹੜਾ ਬੁੱਢੇ ਨਾਲੇ ਛੱਡਣਾ ਸ਼ੁਰੂ ਕੀਤਾ, ਉਹ ਵੀ ਇੱਕ ਬਹੁਤ ਹੀ ਘਟੀਆ ਅਸੀਂ ਕਹਾਂਗੇ ਕਿ ਸਟੈਪ ਸੀਗਾ, ਕਿਉਂਕਿ ਜਿਹੜਾ ਬੁੱਢੇ ਨਾਲੇ ਦੇ ਵਿੱਚ ਪਾਣੀ ਜਿਹੜਾ ਕੈਮੀਕਲ ਗਿਰ ਰਿਹਾ, ਇਲੈਕਟ੍ਰੋਪਲੇਟਿੰਗ ਦਾ ਕੈਮੀਕਲ ਆ ਰਿਹਾ, ਉਹਦੇ ਨਾਲ ਪਾਣੀ ਜਿਹੜਾ ਹੈਗਾ 200 ਕਿਊਸੈਕ ਨਾਲ ਪਾਣੀ ਡਿਲਿਊਟ ਤਾਂ ਹੋ ਗਿਆ, ਲੇਕਿਨ ਜਿਹੜੇ ਕੈਮੀਕਲ ਉਹ ਡਿਜ਼ੋਲਵ ਨਹੀਂ ਹੋ ਸਕਦੇ। ਜੇ 200 ਕਿਊਸੈਕ ਨਾਲ ਹੀ ਪਾਣੀ ਨੇ ਟ੍ਰੀਟ ਹੋ ਜਾਣਾ ਸੀ, ਜਦੋਂ ਸਤਲੁਜ ਗਿਰਦਾ ਅਤੇ ਰਾਜਸਥਾਨ ਤੱਕ ਜਾ ਕੇ ਮਾਰ ਕਰ ਰਿਹਾ, ਅਤੇ ਉਹ ਪਾਣੀ ਕਿਉਂ ਨਹੀਂ ਠੀਕ ਹੋਇਆ? ਅੱਜ ਤੱਕ ਇਹ ਸਿਰਫ ਗੱਲਾਂ ਕਰਦੇ ਆ ਰਹੇ ਹੈ BOD COD ਦੀਆਂ, ਲੇਕਿਨ ਅਸਲੀ ਜੜ੍ਹ ਜਿਹੜੀ ਹੈ ਉਹ ਹੈਗੀ ਡਾਈਇੰਗ ਇੰਡਸਟਰੀ ਯੂਜ਼ ਕਰ ਰਹੀ ਹੈ ਪਿਗਮੈਂਟ। ਇਹ ਆਰਟੀਫਿਸ਼ੀਅਲ ਜਿਹੜੇ ਪਿਗਮੈਂਟ ਯੂਜ਼ ਕਰ ਰਹੀ ਹੈ, ਈਕੋ ਫਰੈਂਡਲੀ ਪਿਗਮੈਂਟ ਨਹੀਂ ਯੂਜ਼ ਕਰ ਰਹੀ ਡਾਈਇੰਗ ਕਰਨ ਦੇ ਲਈ, ਜਿਹੜੇ ਕਦੇ ਵੀ ਪਾਣੀ ਦੇ ਵਿੱਚ ਡਿਜ਼ੋਲਵ ਨਹੀਂ ਹੁੰਦੇ। ਜਦ ਤੱਕ ਅਸੀਂ ਇਹਨਾਂ ਨੂੰ ਈਕੋ ਫਰੈਂਡਲੀ ਪਿਗਮੈਂਟਸ ਯੂਜ਼ ਕਰਨ ਲਈ ਇਨਸਿਸਟ ਜਾਂ ਇਹਨਾਂ ਦੇ ਮਜਬੂਰ ਨਹੀਂ ਕਰਾਂਗੇ, ਤਦ ਤੱਕ ਇਹ ਬੁੱਢੇ ਨਾਲੇ ਦਾ ਜਿਹੜਾ ਹੈ ਇਹ ਲੋਕਾਂ ਦੀ ਸਿਹਤ ਨਾਲ ਜ਼ਿੰਦਗੀ ਦੇ ਨਾਲ ਖੇਡਦਾ ਰਹੇਗਾ। ਪਾਣੀ ਕਿੱਥੇ ਜਾਂਦਾ ਕਬਲ ਜੀ? ਸਰ ਇਹ ਪਾਣੀ ਜਿਹੜਾ ਆਪਣਾ ਸਾਊਥ ਪੰਜਾਬ 'ਚੋਂ ਹੁੰਦਾ ਹੋਇਆ ਰਾਜਸਥਾਨ ਗੰਗਾਨਗਰ ਵਾਲੀ ਸਾਈਡ ਜਾ ਰਿਹਾ, ਜਿਹੜਾ ਹਰੀਕੇ ਪਤਨ ਤੋਂ ਆਪਣੇ ਇਕੱਠਾ ਹੋ ਜਾਂਦਾ, ਬਿਆਸ 'ਤੇ ਦੋਨੋਂ ਇਕੱਠੇ ਹੁੰਦੇ ਸਤਲੁਜ, ਆਪਣਾ ਇੱਥੋਂ ਦੀ ਬੁੱਢਾ ਨਾਲਾ ਜਾਂਦਾ ਸੀ ਸਤਲੁਜ 'ਚ, ਸਤਲੁਜ ਤੋਂ ਬਾਅਦ ਆਪਣਾ ਹਰੀਕੇ ਪਤਨ ਤੱਕ ਜਾ ਰਿਹਾ, ਹਰੀਕੇ ਪਤਨ ਤੋਂ ਬਿਆਸ 'ਤੇ ਸਤਲੁਜ ਇਕੱਠੇ ਹੋ ਗਏ, ਉਸ ਤੋਂ ਬਾਅਦ ਸਾਊਥ ਪੰਜਾਬ 'ਚੋਂ ਹੁੰਦਾ ਹੋਇਆ ਰਾਜਸਥਾਨ 'ਚ ਜਾਂਦਾ, ਨਾਲ ਕੁਛ ਪਾਣੀ ਜਿਹੜਾ ਪਾਕਿਸਤਾਨ ਵੱਲ ਵੀ ਨਿਕਲ ਜਾਂਦਾ। ਜਿਹੜਾ ਗੱਲ ਇਹ ਹੈ ਕਿ ਇਹ ਲੋਕਾਂ ਦੀ ਜ਼ਿੰਦਗੀ ਨਾਲ ਜਿਹੜਾ ਖੇਡ ਰਹੇ ਹੈ, ਜੇ ਖੇਡ ਚੁੱਕੇ ਹੈ, ਜਿਹੜੀ ਨਸਲਾਂ ਉਹਨਾਂ ਦੀ ਖਰਾਬ ਕਰਤੀਆਂ। ਹੁਣ ਇਹ ਕਹਿੰਦੇ ਕਿ 650 ਕਰੋੜ ਦੇ ਕਰੀਬ ਦਾ ਪ੍ਰੋਜੈਕਟ ਜਿਹੜਾ ਇਹਨਾਂ ਨੇ ਚਲਾਇਆ ਹੋਇਆ, ਉਹ ਪ੍ਰੋਜੈਕਟ ਦੀ ਕੋਈ ਵੀ ਟ੍ਰਾਂਸਪੇਰੈਂਸੀ ਨਹੀਂ ਹੈ। ਜਦ ਤੱਕ ਲੋਕਾਂ 'ਚ ਬੈਠ ਕੇ ਲੋਕਾਂ ਦੀ ਇੱਕ ਕਮੇਟੀ ਨਾਲ ਨਹੀਂ ਜੁੜ ਜਾਂਦੀ, ਜਿਹੜੇ ਕਿ ਇਸ ਕੰਮ ਨੂੰ ਲੈ ਕੇ ਕਾਫੀ ਦੇਰ ਤੋਂ ਕੰਮ ਵਰਕਿੰਗ ਕਰ ਰਹੇ ਨੇ, ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਦ ਤੱਕ ਉਹਨਾਂ ਨੂੰ ਨਾਲ ਲੈ ਕੇ ਪ੍ਰੋਜੈਕਟ ਦੀ ਟ੍ਰਾਂਸਪੇਰੈਂਸੀ ਪਬਲਿਕ ਦੀ ਇਨਵੋਲਵਮੈਂਟ ਨਹੀਂ ਹੋ ਜਾਂਦੀ, ਇਹ 650 ਕਰੋੜ ਰੁਪਇਆ ਵੀ ਮਿੱਟੀ ਹੋ ਜਾਏਗਾ। ਇਸ ਲਈ ਸਰਕਾਰ ਨੂੰ ਚਾਹੀਦਾ, ਜਿਹੜੀ ਸਾਡੀ ਨਵੀਂ ਸਰਕਾਰ ਬਣੀ ਹੈ ਹੁਣ, ਉਹਨਾਂ ਨੂੰ ਸਾਡੀ ਇਹੀ ਰਿਕੁਐਸਟ ਹੈ ਕਿ ਇਹਦੇ 'ਤੇ ਗਰਾਊਂਡ ਲੈਵਲ 'ਤੇ ਲਾਇਆ ਜਾਏ, ਨਾਲ ਅਫਸਰ ਲਾਏ ਜਾਣ, ਉਹ ਲੋਕਾਂ ਨੂੰ ਜਵਾਬ ਦੇ ਹੋਣ, ਸਮੱਸਿਆ ਦਾ ਹੱਲ ਸਮਾਂ ਬੰਦ ਕਰਕੇ ਕੱਢਿਆ ਜਾਏ। ਜਥੇਦਾਰ ਜੀ, 15 ਸਾਲ ਹੋ ਗਏ ਤੁਹਾਨੂੰ ਇਹ ਕੰਮ ਦੇ ਮਗਰ ਲੱਗੇ ਨੂੰ, ਕਿਉਂ ਨਹੀਂ ਸੁਣਵਾਈ ਹੋ ਰਹੀ? ਉਹ ਲੋਕ ਕਰਨਾ ਨਹੀਂ ਚਾਹੁੰਦੇ ਜੀ, ਜਿਹੜੇ ਪਹਿਲੇ ਅਸੀਂ ਰਵਾਇਤੀ ਰਾਜਨੀਤਿਕ ਸਨ, ਉਹਨਾਂ ਦੇ ਜੇਨ ਵਿੱਚ ਮੁੱਦਾ ਹੀ ਨਹੀਂ ਸੀ ਹੈਗਾ, ਉਹ ਕੇਵਲ ਕਿਸੇ ਤੋਂ ਪ੍ਰਭਾਵ ਥੱਲੇ ਵੋਟਾਂ ਦੀ ਖਾਤਰ ਇਹਨੂੰ ਆਪਣੇ ਮੈਨੀਫੈਸਟੋ 'ਚ ਪਾ ਲੈਂਦੇ ਹੋਣਗੇ, ਪਰ ਉਹਨਾਂ ਦੀ ਇੱਛਾ ਸ਼ਕਤੀ ਨਹੀਂ ਸੀ ਇਸ ਮੁੱਦੇ ਨੂੰ ਸਮਝਣ ਦੀ ਜਾਂ ਹੱਲ ਕਰਨ ਦੇ ਲਈ। ਪਰ ਹੁਣ ਅਸੀਂ ਮੰਨ ਕੇ ਚੱਲਦੇ ਹਾਂ ਕਿ ਬਦਲਦੇ ਨਵੇਂ ਹਾਲਾਤਾਂ ਦੇ ਵਿੱਚ ਜੋ ਬਦਲ ਪੰਜਾਬ ਦੇ ਲੋਕਾਂ ਨੇ ਲੈ ਕੇ ਆਉਂਦਾ, ਇੱਕ ਆਸ ਉਮੀਦ ਸਾਡੇ ਸਾਹਮਣੇ ਖਲੋਤੀ ਹੈ ਕਿ ਇਹਦਾ ਹੱਲ ਨਿਕਲੇਗਾ। ਇਹ ਤਾਂ ਨਿਕਲੇਗਾ ਤਾਂ ਜੇ ਸਮਾਜ ਸੇਵੀ ਸੰਸਥਾਵਾਂ ਆਪਣਾ ਦਬਾਅ ਪ੍ਰਭਾਵ ਬਣਾ ਕੇ ਇੱਕ ਲੋਕ ਵਾਤਾਵਰਨ ਕਮਿਸ਼ਨ ਵੀ ਬਣਨਾ ਚਾਹੀਦਾ। ਮੈਂ ਗੁਰਪ੍ਰੀਤ ਸਿੰਘ ਚੰਦ ਬਾਜਾ ਜੀ ਨੂੰ ਵੀ ਕਿਹਾ ਕਿ ਲੋਕਾਂ ਦੇ ਚੰਗੇ ਨੁਮਾਇੰਦੇ ਲੈ ਕੇ ਇੱਕ ਲੋਕਾਂ ਦਾ ਇੱਕ ਕਮਿਸ਼ਨ ਬਣਾਓ, ਵਾਤਾਵਰਨ ਸੰਬੰਧੀ
पानी के वास्ते होर समस्या के वास्ते, क्योंकि अज जी समस्या पानी की है, ये बुढ़ा दरिया जोड़ा है, नाला जोड़ा है, ये पंजाब भी तबाह कर रहे, राजस्थान भी तबाह कर रहे। यदा हल कर अगर अज नहीं असी कामयाब होंगे तो सानू सोचना पेगा कि फिर शायद वो दिन साड़ी कदों आएगा, यह सवालिया निशान बन के रह जाएगा। सो असी अज चाहते हाँ ये जागरूक सजन अच कट्ठे हो रहे हैं, यद हल कढ़ने के लिए आने वाले समय में सरकार दे कोल खड़ के योग प्रबंध किए जान, छेती समय बंद करके हल जोड़ा है लोगों सामने पेश किया जाए। धन्यवाद। वाहिगुरू जी का खालसा, वाहिगुरू जी की फतेह। सत श्री अकाल जी सारिआं नूं, मैं सुखविंदर सिंह बब्बू गोविंद एग्रीकल्चर कोटकपुरे तो कैंसर रोको सेवा सोसायटी का मैंबर, नरवा पंजाब का मैंबर। असी इस टाइम लुधियाने खड़े हैं बुढ़े नाले ते, जिहड़ा कि ट्रीटमेंट प्लांट नाल लग्या होया है, और आ जिहड़ा इन्ना जहरीला काला पानी इत्थे सानूं खड़ना औखा होया पिया पिछले कई सालों तो, मतलब मैं कहूँगा सरकारां दी कुछ नलायकी की वजह नाल, काफ़ी नलायकी की वजह नाल जिहड़ा कि गांह जाके पीने वाले पानी के अपन नहर च रल रहा है, और गांह अगे राजस्थान तक सारे अपने पंजाब की लंघ दे होया ते जा रहा, तो और लोगों तो कैंसर हो ही रहा, मतलब नाल पशुओं भी कैंसर नाल हो रहा। इस करके अज अं आए हैं भी नवी जी सरकार चुनी हुई अज उन्हों, वैसे तो उन्होंने काम इशारे ते ही अज हो रहे हैं, और मैं तो यही गुजारिश करूँगा भी हूँ ये बजट की तो बाद लौड़ आ, हूँ तो कला वधिया सख्त करके जे फैक्ट्रिया के मतलब ना खिलाफ जो बयान भी दे दें। जिक्र किया भाई कन्हैया कैंसर रोको सेवा सोसायटी का, हाँ जी, तुहाडी सोसायटी नूं 15 साल हो गए रोला पाउंदे, क्यों नहीं सुनवाई हो रही? मेहंदी रत्ता जी नहीं हो रही करके असी आपदे जंग जारी रखी, जे सुनवाई नहीं हुई ही लोग जाग पे, उन्होंने पलटा लवाता नवी सरकार चुन ली, और इस सरकार तो लोगों बहुत उम्मीदा हरेक पक्षों, और मैनू भी उम्मीद आ सरकार तो, जिद्दण दी सरकार आई अज 20 दिन होए नहीं, और जिन्हें भी काम सरकार कर रही है सारे शलाघा योग आ, और बहुत छेती मैनू उम्मीद है भी सरकार ये पूरी वधिया गौर करके लोगों ने आप ही सुधर जाना है। तो जिहड़े हुण नवे ट्रीटमेंट प्लांट लग रहे हैं, पहलां सरकारां फैक्ट्रिया के हक जांदियां सी ते नहीं गल बनती सी, हुण सर फैक्ट्री वाले डर बनिया भी हुण साडा बणू की, इहदे तां सुधार होगा, और सुधार नूं सरकार नूं गौर करके तो सुधार करना चाहिए तो होगा, और पूरी उम्मीद है मैंने सरकार को। नमस्कार जी, मैं ऊधम सिंह औलक सरपंच जिला प्रधान फरीदकोट। असी अज बुढ़े नाले से नगर कौंसल लुधियाना खड़े हैं, तुम देख सकते कि फैक्ट्रिया बुढ़े नाले के गंद घोलिया जा रहा है, ये सानू टूटिया राही खालिया राही कस्सिया राही सानू पाया जा रहा है। असी सरकार को बेनती करते हैं भी सानू बहुत चिर हो गया सोसायटियां लग्या इधर, तो ये वाले ध्यान दे के छेती छेती ये जिम्मेवार सरकार प्रदूषण कंट्रोल बोर्ड कह जिम्मेवार है, तो पर सा बेनती है भी वो छेती छेती ध्यान दिता वे। वाहिगुरू जी खालसा, वाहिगुरू फतेह।